पंजाब सरकार द्वारा सिविल अस्पताल में चलाए जा रहे नशा छुड़ाओ केंद्रों को मिल रहा है भारी बल। भारी तादाद में नशा छुड़ाने के लिए नौजवान आ रहे हैं। पंजाब सरकार द्वारा अस्पतालों में चलाए जा रहे नशा छुड़ाओ केंद्रों में नशा छोड़ने वाले नौजवानों का तांता लगा हुआ है। सिविल अस्पताल जीरा में प्रेस से बात करते हुए कुछ नौजवानों ने बताया कि वो लंबे समय से नशा कर रहे हैं और अब वो नशा छोड़ना चाहते हैं, जिसके चलते वो सिविल अस्पताल जीरा में दवाई लेने के लिए आए हैं, लेकिन अस्पताल का सेंटर देरी से खुलने के कारण उन्हें काफी परेशानी का सामना करना पड़ रहा है। ਬਲਜੀਤ ਸਿੰਘ ਹੈ ਜੀ, ਜੀਰੇ ਦੇ ਰਹਿਣ ਵਾਲਾ ਜੀ, ਨਸ਼ਾ ਛੱਡਣ ਦਵਾਈ ਖਾਂਦਾ ਸਰਕਾਰੀ ਹਸਪਤਾਲ ਜੀਰੇ ਨਾਲ। 8 ਵਜੇ ਦਾ ਟਾਈਮ ਹੈ ਜੀ, ਹਜੇ ਤੱਕ ਮੈਨੂੰ ਕਿੰਨੀ ਲਾਈਨ ਲੱਗੀ ਹੈ ਅਜੇ ਤੱਕ ਕੋਈ ਸੰਭਾਵਨਾ ਨਹੀਂ ਦਵਾਈ ਦੀ। ਪਿੰਡ ਸਿਆਂ ਪੜੀ ਜ਼ਿਲ੍ਹਾ ਫਿਰੋਜ਼ਪੁਰ, ਕਰਨਵੀਰ ਮੇਰਾ ਨਾਂ ਹੈ ਜੀ। 3 ਮਹੀਨੇ ਹੋ ਗਏ ਮੈਂ ਦਵਾਈ ਖਾਂਦੇ, 1 ਮਹੀਨਾ ਹੋ ਗਿਆ ਸੈਂਟਰ ਚੱਲਦੇ ਨੂੰ ਇੱਥੇ ਜੀਰੇ। ਇਹ ਟਾਈਮ ਤਾਂ ਦਵਾਈ ਨਹੀਂ ਦਿੱਤੀ ਜਾਂਦੀ, 8 ਵਜੇ ਦਾ ਟਾਈਮ ਹੈ ਇੱਥੇ, 9:30-9 ਵਜੇ ਦੇ ਕਰੀਬ ਕਈ ਵਾਰੀ ਆਉਂਦੇ ਆ। ਜਿਸ ਦਿਨ ਅਸੀਂ ਹੁਣ ਨਸ਼ਾ ਛੱਡਣ ਵਾਸਤੇ ਇੱਥੇ ਆਉਂਦੇ, ਫਾਇਦਾ ਕੀ ਸਾਨੂੰ ਨਸ਼ਾ ਛੱਡਣ ਦਾ ਜਦੋਂ ਦਵਾਈ ਨਹੀਂ ਮਿਲਣੀ ਟਾਈਮ 'ਤੇ ਜੀ? ਕਿੰਨੀ ਦੇਰ ਤੋਂ ਨਸ਼ਾ ਕਰਦੇ? ਮੈਂ 1.5 ਸਾਲ ਨਸ਼ਾ ਕੀਤਾ ਜੀ, ਮੈਨੂੰ 3 ਮਹੀਨੇ ਹੋ ਗਏ ਦਵਾਈ ਖਾਂਦੇ, ਕਿਤੇ ਆ ਗਿਆ ਮਤਲਬ ਵੱਧ ਤੋਂ ਵੱਧ 15 ਦਿਨ ਹੋਰ ਖਾਣੀ ਮੈਂ ਛੱਡ ਜਾਣੀ ਦਵਾਈ। ਸਤੀਸ਼ ਵਿੱਚ ਦਿਵਿਆ ਪੰਜਾਬ ਟੀਵੀ ਜ਼ੀਰਾ।